ਬਈਆਣਾ ਜਿਵੇਂ ਹੁਣ ਤੁਹਾਨੂੰ ਪਤਾ ਦੁਸ਼ਹਿਰੇ ਤਿਉਹਾਰ ਤੋਂ ਪਹਿਲਾਂ ਸਾਂਝੀ ਲੱਗਦੀ ਹੁੰਦੀ ਹੈ ਹੈ ਨਾ, ਜਿਹੜੇ ਕੋਈ ਪਿੰਡਾਂ ਨਾਲ ਸੰਬੰਧਿਤ ਬੰਦੇ ਨੇ ਹੈ ਨਾ, ਉਹਨਾਂ ਨੂੰ ਪਤਾ ਹੋਊਗਾ ਵੀ ਜਿਹੜੀ ਸਾਂਝੀ ਹੈ ਵੀ ਇਹਨੂੰ ਕੀ ਚੀਜ਼ ਕਹਿੰਦੇ ਆ। ਮੰਨ ਲਓ ਜਿੱਦਣੇ ਫਿਰ ਰਾਵਣ ਫੂਕਦੇ ਹੁੰਦੇ ਆ ਉਦਣ ਇਹਨੂੰ ਤੇਰਦੇ ਹੁੰਦੇ ਹੈਗੇ। ਆ ਜਾਓ ਮੈਂ ਤੁਹਾਨੂੰ ਕੁਛ ਬਾਈ ਹੋਰਾਂ ਨਾਲ ਮਿਲਾਉਣਾ ਹੈਗਾ, ਉਹ ਸਾਹਮਣੇ ਇਹਨਾਂ ਦੀ ਦੁਕਾਨ ਹੈ ਅਤੇ ਆ ਨਾ ਦੁਕਾਨ ਦੇ ਵਿੱਚ ਬਾਈ ਹੋਰੀ ਕੰਮ ਕਰਦੇ ਹੈਗੇ, ਇੱਥੇ ਬਣਾਉਂਦੇ ਹੈਗੇ ਅਤੇ ਉਹ ਗੱਲ ਕਰ ਬਾਹਰੇ ਨਾ ਥੋੜ੍ਹੀਆਂ ਜਿਹੀ ਅੱਜ ਆਉਣ ਲੱਗ ਗਈਆਂ ਕਣੀਆਂ, ਤਾਂ ਕਰਕੇ ਬਾਈ ਹੋਰੀ ਕਹਿੰਦੇ ਯਾਰ ਉਹ ਕਰ ਲਈਏ। ਇਹ ਮੈਂ ਤੁਹਾਨੂੰ ਦੱਸਦਾ ਜਿਹੜਾ ਰਾਏਕੋਟ ਤੋਂ ਲੁਧਿਆਣਾ ਰੋਡ ਆ ਉੱਥੇ ਹਲਵਾਰੇ ਪਿੰਡ ਦੇ ਵਿੱਚ ਨੇ ਬਾਈ, ਹੈ ਨਾ ਹਲਵਾਰਾ ਪਿੰਡ ਆ ਇਹ। ਹਾਂ ਕੋਈ ਨਾ, ਤੁਸੀਂ ਉਹ ਦੂਜੇ ਵੀ ਚੱਕ ਲਿਓ, ਆਪਾਂ ਫੇਰ ਉਹ ਕਰਦੇ ਉਹਨਾਂ ਟਾਈਮ ਮੈਂ ਰੋਕ ਲੈਂਦਾ ਵੀਡੀਓ, ਕੋਈ ਗੱਲ ਨਹੀਂ। ਇਹ ਨਾ ਆਹ ਬਾਈ ਹੈਗਾ ਜਿਹੜਾ ਇਹਨਾਂ ਨੂੰ ਬਣਾਉਂਦਾ ਹੈਗਾ, ਪਰ ਉਦੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਆਹ ਤਾਰੇ ਵੀ ਨੇ ਯਾਰ ਜਿਹੜੇ ਆਪਾਂ ਦੇਖਦੇ ਹੁੰਦੇ ਸੀਗੇ, ਅਤੇ ਇੱਧਰ ਬਾਈ ਨੇ ਕੁਛ ਹੋਰ ਬਣਾਇਆ ਪਿਆ। ਬਾਈ ਆਹ ਕੀ ਚੀਜ਼ ਹੈ? ਅੱਛਾ ਹੱਥ ਬਣਾਏ ਵੇ ਨੇ ਇਹ, ਠੀਕ ਹੈ। ਅੱਛਾ ਕੰਘੀ ਹੈ ਇਹਦੀ ਸਾਂਝੀ ਦੀ। ਆਹ ਕੀ ਕਿਹਾ ਦੀ ਕੀ ਨੇ ਆਹ ਆਹ ਕੀ ਕਿਹਾ ਦੀ? ਅੱਛਾ ਰਾਜਾ ਹੁੱਕਾ, ਉਦੋਂ ਵੀ ਰਾਜੇ ਹੁੱਕਾ ਪੀਂਦੇ ਹੁੰਦੀ ਗੇ, ਠੀਕ ਹੈ। ਤੇ ਆਹ ਹੱਥਾਂ ਦੇ ਕੰਨਾਂ 'ਚ ਪਾਉਣ ਵਾਲੇ ਹਾਰ ਸ਼ਿੰਗਾਰ, ਕਮਾਲ ਦੀ ਗੱਲ ਆ ਯਾਰ, ਹੈ ਨਾ। ਤੇ ਬਾਈ ਦਾ ਨਾਂ ਕੀ ਹੈ? ਪਹਿਲਾਂ ਮੈਂ ਨਾਂ ਪੁੱਛਦਾ ਬਾਈ ਦਾ। ਮੇਰਾ ਨਾਮ ਬੱਬੂ ਮਿਸਤਰੀ ਕਹਿੰਦੇ। ਬੱਬੂ ਮਿਸਤਰੀ, ਲੱਕੜ ਦਾ ਕੰਮ ਕਰਦਾ ਤੇ ਨਾਲ ਹੁੰਦੇ ਜਿਹੜਾ ਆਹ ਹੈਗਾ ਇਹ ਕੰਮ ਵੀ ਕਰਦਾ। ਅੱਛਾ ਇੱਧਰ ਵੀ ਸਾਰੇ ਬਣਾ ਕੇ, ਇਹ ਸਾਂਝੀ ਦਾ ਮੂੰਹ ਆ ਗਿਆ। ਅੱਛਾ ਸੂਰਜ ਹੈ ਇਹ ਹਾਰ, ਜਿਵੇਂ ਨਹੀਂ ਆਪਣੇ ਪਿੰਡਾਂ 'ਚ ਬੁੜੀਆਂ ਮੈਂ ਦੇਖਿਆ ਗੋਹੇ ਦੇ ਵੀ ਬਣਾ ਬਣਾ ਲਾਈ ਜਾਂਦੀਆਂ ਹੁੰਦੀਆਂ ਨੇ, ਹੈ ਨਾ। ਹਾਂ ਇਹ ਕੀ ਹੈ? ਅੱਛਾ ਬਰੋਟਾ ਗਾ, ਠੀਕ ਹੈ। ਤੇ ਇੱਕ ਮੈਨੂੰ ਐਂ ਦੱਸ ਚੱਲ, ਤੇ ਇਹ ਤਾਂ ਚੀਜ਼ਾਂ ਆਪਾਂ ਦੇਖ ਲਈਆਂ, ਤੇ ਨਵਾਂ ਬਾਈ ਤੇਰਾ ਬੱਬੂ ਮਿਸਤਰੀ, ਤੇ ਪਹਿਲਾਂ ਮੋਬਾਈਲ ਨੰਬਰ ਵੀ ਬੋਲ ਦੇ ਤੇਰਾ। ਹਲਵਾਰੇ ਪਿੰਡ ਦੇ ਵਿੱਚ ਆ, ਹਨਾ, ਜਿਹੜਾ ਰਾਏਕੋਟ ਤੋਂ ਬਾਈ ਲੁਧਿਆਣੇ ਨੂੰ ਰੋਡ ਜਾਂਦਾ ਉੱਥੇ ਹਲਵਾਰਾ ਪਿੰਡ ਹੈ, ਹਲਵਾਰਾ ਪਿੰਡ ਉੱਥੇ ਬੱਬੂ ਮਿਸਤਰੀ ਕਿਹਨੂੰ ਮਰਜ਼ੀ ਪੁੱਛ ਲਓ। ਆ ਇੱਧਰਲੇ ਪਾਸੇ 30 ਸਾਲ ਪੁਰਾਣੀ, ਠੀਕ ਹੈ। ਆ ਜਮਾਂ ਰੋਡ ਦੇ ਉੱਪਰ ਆ ਗਈ, ਹਨਾ, ਇਹ ਬਾਰੇ ਮਸੀਤ ਦੇ ਮੂਹਰੇ, ਠੀਕ ਹੈ। ਹੋਰ ਸਾਹਮਣੇ ਦੋਸਤੋ ਮਸੀਤ ਆ ਗਈ ਤੇ ਉੱਥੇ। ਤੇ ਇਹਦਾ ਬਾਈ ਤੁਸੀਂ ਰੇਟ ਵਗੈਰਾ ਕੀ ਰੱਖਿਆ ਹੋਇਆ ਸਾਂਝੀ ਦਾ? ਰੇਟ ਦਾ ਅਸੀਂ 300 ਰੁਪਏ ਦੇ ਦਿੰਦੇ ਹਾਂ, 350 ਦੀ, 400 ਦੀ। ਅੱਛਾ ਜਿੱਥੇ ਕੋਈ ਗਾਹਕ ਲੱਗਦਾ ਉੱਥੇ ਲਾ ਦੇਈ ਦੀ ਹੈ, ਠੀਕ ਹੈ। ਬਸ ਮਤਲਬ 300 ਤੋਂ ਲੈ ਕੇ 400 ਰੁਪਏ ਤੱਕ ਉਹ ਕਰ ਦਿੰਦੇ ਹੋ, ਠੀਕ ਹੈ ਠੀਕ ਹੈ। ਹਾਂ ਆ ਇੱਧਰਲੇ ਪਾਸੇ ਬਾਈ ਦੱਸੀ ਆ ਕੇ ਮੈਨੂੰ, ਆ ਜਮਾਂ ਕੰਪਲੀਟ ਬਣਾਈ ਵੀ ਹੈ। ਜਿਹੜੇ 3 ਨਗ ਲਾਉਂਦੇ ਹੁੰਦੇ ਹੈਗੇ, ਇਹ ਚ ਆਹ ਕੌਣ ਆ ਗਿਆ? ਆਹ ਤਾਂ ਪੂਰੀ ਮਾਤਾ ਹੈਗੀ ਨਾ। ਅੱਛਾ ਮਾਤਾ ਜੀ ਆ, ਸਾਢੇ 300-400 ਰੁਪਏ ਦੀ ਆ ਬਾਈ, ਹੈਨਾ। ਤੇ ਬਾਈ ਨੂੰ ਜਰੂਰ ਉਹ ਕਰਿਓ ਤੁਸੀਂ। ਤੇ ਬਾਈ ਦਾ ਪਿੰਡ ਹਲਵਾਰਾ ਗਾ, ਮੈਂ ਦੁਬਾਰੇ ਫੇਰ ਦੱਸਦਾ। ਇਹ ਬਾਈ ਲੱਗਣੀ ਹੁਣ ਤੋਂ ਮੰਨ ਲਾ ਜਿਵੇਂ ਅੱਜ 3 ਅਕਤੂਬਰ ਹੋ ਗਿਆ, ਹੈਨਾ, ਪਹਿਲੇ ਨਰਾਤੇ ਰੋਟੀ ਹੈ, ਠੀਕ ਹੈ। ਤੇਰੇ ਕੋਲ ਵੈਸੇ ਲੈਣ ਆਉਂਦੇ ਹੋਣਗੇ ਗਾਹਕ ਬਹੁਤ ਦੂਰੋਂ ਦੂਰੋਂ? ਹਾਂ ਗਾਹਕ ਆਉਂਦੇ ਬਹੁਤ ਦੂਰੋਂ ਆਉਂਦੇ, ਠੀਕ ਹੈ। ਫਿਰ ਇੱਕ ਫੋਨ ਨੰਬਰ ਵੀ ਰੱਖਿਆ ਕਰ ਆਪਦੇ ਕੋਲੇ ਬਾਈ ਬਣ ਕੇ। ਹਾਂ ਜ਼ਰੂਰ ਬਾਈ, ਸੋ ਬਹੁਤ ਬਹੁਤ ਧੰਨਵਾਦ ਬਾਈ ਦਾ, ਹਨਾ। ਤੇ ਮੈਨੂੰ ਲੱਗਿਆ ਯਾਰ ਮੈਂ ਬਾਈ ਨੂੰ ਬੱਬੂ ਮਿਸਤਰੀ ਨੂੰ ਯਾਰ ਕਰੀਏ ਇਹਦੀ ਪਾਈਏ ਵੀਡੀਓ ਆਪਾਂ ਬਾਈ ਦੀ, ਬਹੁਤ ਮਿਹਨਤੀ ਹੈ ਯਾਰ। ਵੈਸੇ ਬਾਈ ਲੱਕੜ ਦਾ ਕੰਮ ਕਰਦਾ ਗਾ ਪਰ ਨਾਲ ਹੁੰਦੇ ਇਹ ਵੀ ਕੰਮ ਕਰਦਾ। ਸਲੂਟ ਆ ਬਾਈ ਤੈਨੂੰ ਬਾਈ ਮੇਰਾ, ਬਹੁਤ ਬਹੁਤ ਮਿਹਰਬਾਨੀ ਬਾਈ, ਪਰਮਾਤਮਾ ਤੈਨੂੰ ਤਰੱਕੀਆਂ ਬਖਸ਼ੇ ਬਾਈ।